ਵੇਖਦੇ ਹੋਏ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਮੈਂ ਤੁਹਾਡਾ ਆਪਣਾ ਰਿਪੋਰਟਰ ਸਵਰਨਜੀਤ ਸਿੰਘ। ਅਸੀਂ ਅੱਜ ਪਹੁੰਚੇ ਹਾਂ ਜਮਾਲਪੁਰ ਦੇ ਵਿੱਚ, ਜਿੱਥੇ ਨਾਰੀ ਚੇਤਨਾ ਏਕਤਾ ਕਲੱਬ ਦੇ ਵੱਲੋਂ ਜਿਹੜਾ ਇੱਕ ਚੀਜ਼ ਦਾ ਤਿਉਹਾਰ ਮਨਾਇਆ ਜਾ ਰਿਹਾ ਵਾ, ਸੋ ਉਸ ਦੇ ਪ੍ਰੈਕਸ ਵਿੱਚ ਅਸੀਂ ਨਾਰੀ ਚੇਤਨਾ ਏਕਤਾ ਕਲੱਬ ਦੀ ਜਿਹੜੇ ਪ੍ਰਧਾਨ ਆ ਸਿਮਰਨਜੀਤ ਕੌਰ ਸਿੰਮੀ ਜੀ ਨਾਲ ਗੱਲਬਾਤ ਵੀ ਕਰਾਂਗੇ। ਸੋ ਇਸ ਦੇ ਪ੍ਰਤੀ ਆਪਾਂ ਗੱਲਬਾਤ ਕਰਾਂਗੇ ਕਿ ਜਿਹੜਾ ਉਹਨਾਂ ਚੀਜ਼ ਦਾ ਤਿਉਹਾਰ ਮਨਾਇਆ, ਸੋ ਉਸਦੇ ਪ੍ਰਤੀ ਆਪਾਂ ਕੁਝ ਗੱਲਾਂ ਕਰਾਂਗੇ। ਸੋ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹਾਂਜੀ, ਕੀ ਕਹਿਣਾ ਚਾਹੋਗੇ ਤੁਸੀਂ ਕਿ ਮਤਲਬ ਜਿਹੜਾ ਅੱਜ ਤੁਸੀਂ ਤੀਜ ਦਾ ਤਿਉਹਾਰ ਮਨਾਇਆ ਇਸ ਦੇ ਪ੍ਰਤੀ? ਤੀਜ ਦਾ ਤਿਉਹਾਰ, ਪਹਿਲਾਂ ਤਾਂ ਸਾਰੀਆਂ ਲੇਡੀਜ਼ ਨੂੰ ਮੇਰੇ ਕੋਲ ਤੀਜ ਦੇ ਤਿਉਹਾਰ ਦੀਆਂ ਬਹੁਤ ਬਹੁਤ ਮੁਬਾਰਕਾਂ। ਤੀਜ ਦਾ ਤਿਉਹਾਰ ਨਾਰੀ ਚੇਤਨਾ ਕਲੱਬ ਵਿੱਚ ਹਰੇਕ ਸਾਲ ਮਨਾਇਆ ਜਾਂਦਾ ਵਾ ਡ੍ਰੀਮ ਪਾਰਕ ਦੇ ਵਿੱਚ, ਔਰ ਜੋ ਸੱਭਿਆਚਾਰ ਖਤਮ ਹੁੰਦਾ ਜਾ ਰਿਹਾ ਉਹ ਉਸਦੇ ਸੰਬੰਧ ਵਿੱਚ ਅਸੀਂ ਹਰੇਕ ਸਾਲ ਤੀਜ ਦਾ ਤਿਉਹਾਰ ਮਨਾਉਂਦੇ ਹਾਂ। ਅਤੇ ਇਸ ਪ੍ਰਤੀ ਜਿਹੜਾ ਤੁਸੀਂ ਤੀਜ ਦਾ ਤਿਉਹਾਰ ਮਨਾਇਆ ਜਿਸ ਤਰ੍ਹਾਂ ਤੁਸੀਂ ਹਰੇਕ ਸਾਲ ਮਨਾਉਂਦੇ ਹੋ, ਸੋ ਇਸ ਸਾਲ ਵੀ ਤੁਸੀਂ ਮਤਲਬ ਜਿਹੜਾ ਇਸੇ ਜਗ੍ਹਾ ਦੇ ਉੱਪਰ ਮਤਲਬ ਹਰੇਕ ਸਾਲ ਮਨਾਉਂਦੇ ਹੋ? ਹਾਂਜੀ, ਹਰੇਕ ਸਾਲ ਇਸੇ ਜਗ੍ਹਾ ਦੇ ਉੱਤੇ ਤੀਜ ਦਾ ਤਿਉਹਾਰ ਮਨਾਇਆ ਜਾਂਦਾ ਵਾ। ਕੀ ਕਹਿਣਾ ਚਾਹੋਗੇ ਤੁਸੀਂ ਜਿਸ ਤਰ੍ਹਾਂ ਕਿ ਅੱਜ ਮਤਲਬ ਤੁਸੀਂ ਇਕੱਠੇ ਹੋ ਕੇ ਜਿਹੜੀਆਂ ਭੈਣਾਂ ਸਾਰੀਆਂ ਇਕੱਠੀਆਂ ਹੋਈਆਂ, ਤਾਂ ਤੁਸੀਂ ਇਸ ਦੇ ਪ੍ਰਤੀ ਜਿਹੜਾ ਮਨਾ ਰਹੇ ਹੋ, ਕੀ ਅਪੀਲ ਕਰਦੇ ਹੋ, ਕਿਸ ਚੀਜ਼ ਨੂੰ ਲੈ ਕੇ ਵੀ ਕਿਉਂ ਮਨਾਇਆ ਜਾਂਦਾ ਵਾ, ਇਸ ਨੂੰ ਕਿਸ ਤਰ੍ਹਾਂ ਲੱਗ ਸੱਭਿਆਚਾਰ ਨੂੰ ਜਿਹੜਾ ਕਿ ਅਸੀਂ ਕਾਇਮ ਰੱਖ ਸਕੀਏ? ਮੈਂ ਤਾਂ ਸਾਰਿਆਂ ਨੂੰ ਇਹੀ ਗੱਲ ਦੀ ਅਪੀਲ ਕਰਨਾ ਚਾਹੁੰਦੀ ਹਾਂ ਕਿ ਜੋ ਸੱਭਿਆਚਾਰ ਸਾਡਾ ਖਤਮ ਹੁੰਦਾ ਜਾ ਰਿਹਾ ਵਾ ਉਹਨੂੰ ਦੁਬਾਰਾ ਉਜਾਗਰਿਤ ਕੀਤਾ ਜਾਵੇ। ਹਰੇਕ ਪਿੰਡ ਹਰੇਕ ਸ਼ਹਿਰ ਦੇ ਵਿੱਚ ਤੀਆਂ ਦਾ ਤਿਉਹਾਰ ਮਨਾਇਆ ਜਾਣਾ ਚਾਹੀਦਾ। ਤੀਆਂ ਦਾ ਤਿਉਹਾਰ ਪੇਕਿਆਂ ਦੇ ਪਿੰਡ ਕੁੜੀਆਂ ਇਕੱਠੀਆਂ ਹੋ ਕੇ ਤੀਜ ਦਾ ਤਿਉਹਾਰ ਮਨਾਉਂਦੀਆਂ ਨੇ, ਇਹ ਸ਼ੁਰੂ ਤੋਂ ਰੀਤੀ ਰਿਵਾਜ਼ ਸੀਗੇ ਜੋ ਖਤਮ ਹੁੰਦੇ ਜਾ ਰਹੇ ਆ। ਮੈਂ ਤਾਂ ਇਹੀ ਅੱਗੇ ਲੋਕਾਂ ਅੱਗੇ ਅਪੀਲ ਕਰੂੰਗੀ ਕਿ ਇਹ ਜੋ ਸੱਭਿਆਚਾਰ ਪ੍ਰੋਗਰਾਮ ਆ ਜਾਂ ਸੱਭਿਆਚਾਰ ਆ ਇਹਨੂੰ ਖਤਮ ਨਾ ਹੋਣ ਦਿਓ। ਆਪਾਂ ਇੱਕ ਲੜੀ ਤਿਆਰ ਕਰੋ ਕਿ ਵਨ ਬਾਏ ਵਨ ਪ੍ਰੋਗਰਾਮ, ਚਾਹੇ ਬੱਚਿਆਂ ਕਰਨੀ ਹੋਵੇ ਚਾਹੇ ਜੋ ਮਰਜ਼ੀ ਹੈ, ਅਤੇ ਉਹ ਕਰਦੇ ਰਹਿਣਾ ਚਾਹੀਦਾ। ਕਿਸ ਤਰੀਕੇ ਨਾਲ ਤੁਸੀਂ ਮਨਾ ਰਹੇ ਹੋ ਵੀ ਮਤਲਬ ਕਿਸ ਤਰ੍ਹਾਂ ਦਾ ਪਰਫੋਰਮੈਂਸ ਜਿਹੜੀ ਤੁਸੀਂ ਜਾਰੀ ਰੱਖਦੇ ਹੋ? ਤੀਜ ਦਾ ਤਿਉਹਾਰ ਮੈਂ ਤਾਂ ਸਿੰਪਲ ਤਰੀਕੇ ਨਾਲ ਕਰਨਾ ਕਿਉਂਕਿ ਜੋ ਪੇਂਡੂ ਸੱਭਿਆਚਾਰ ਹੈ, ਜਿੱਦਾਂ ਪਹਿਲਾਂ ਤੀਜ ਦਾ ਤਿਉਹਾਰ ਮਨਾਉਂਦੇ ਸੀ ਸਾਰੀਆਂ ਲੇਡੀਜ਼ ਇਕੱਠੀਆਂ ਹੋ ਕੇ ਗਿੱਧਾ ਭੰਗੜਾ ਜੋ ਵੀ ਹੈ ਕਰਦੇ ਸੀਗੀਆਂ, ਅਤੇ ਪੀਂਘ ਝੂਟਦੀਆਂ ਸੀਗੀਆਂ ਲੇਡੀਜ਼, ਗੁਲਗਲੇ ਵੰਡਦੇ ਸੀਗੇ ਅਤੇ ਅਸੀਂ ਲੱਡੂ ਵੰਡਣੇ ਆ। ਬਿਲਕੁਲ, ਤੁਸੀਂ ਕੀ ਅਪੀਲ ਕਰਨਾ ਚਾਹੋਗੇ ਕਿ ਜਿਹੜਾ ਵੀ ਸੱਭਿਆਚਾਰ ਹੈ ਜਿਹੜਾ ਕਿ ਕਾਇਮ ਰੱਖ ਸਕੇ, ਤਾਂ ਕਿ ਜੋ ਆਉਣ ਵਾਲੀ ਜਿਹੜੀ ਪੀੜ੍ਹੀ ਜਨਰੇਸ਼ਨ ਹੈ ਜਿਸ ਤਰ੍ਹਾਂ ਕਿ ਬਹੁਤ ਸਾਰੀ ਭੁੱਲਦੇ ਜਾ ਰਹੇ ਨੇ, ਕਿਸੇ ਨੂੰ ਅਗਰ ਅਸੀਂ ਅੱਜ ਦੀ ਜਨਰੇਸ਼ਨ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਨਹੀਂ ਪਤਾ ਲੋਕਾਂ ਨੂੰ ਕਿ ਮਤਲਬ ਇਹ ਜਿਹੜੀਆਂ ਸੱਭਿਆਚਾਰ ਆ ਉਹ ਕਿਸ ਤਰ੍ਹਾਂ ਦਾ ਰਿਹਾ ਵਾ। ਤੁਸੀਂ ਕੀ ਕਹਿਣਾ ਚਾਹੋਗੇ, ਕੀ ਅਪੀਲ ਕਰੋਗੇ ਤਾਂ ਕਿ ਜੋ ਸੱਭਿਆਚਾਰ ਨੂੰ ਅਸੀਂ ਯਾਦ ਰੱਖਣ? ਅੱਜ ਕੱਲ੍ਹ ਦੀਆਂ ਜੋ ਲੇਡੀਜ਼ ਆ, ਮੈਂ ਤਾਂ ਉਹਨਾਂ ਦੇ ਅੱਗੇ ਇਹੀ ਅਪੀਲ ਕਰਦੀ ਹਾਂ ਕਿ ਜੋ ਵੀ ਆਪਣੇ ਬੱਚੇ ਆ, ਖਾਸ ਕਰਕੇ ਧੀਆਂ, ਉਹਨਾਂ ਨੂੰ ਇਹੋ ਜਿਹਾ ਬਣਾਓ, ਮਜ਼ਬੂਤ ਬਣਾਓ ਕਿ ਆਉਣ ਵਾਲੇ ਸਮੇਂ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਧੀਆਂ ਤੁਰ ਸਕਣ ਮੁੰਡੇ ਦੇ ਬਰਾਬਰ। ਕਿਉਂਕਿ ਹੁਣ ਵੀ ਚਲੋ ਇੱਕ ਬਰਾਬਰ ਹੋ ਗਈਆਂ ਲੇਡੀਜ਼, ਕੁੜੀਆਂ ਔਰ ਮੁੰਡੇ ਇੱਕ ਜੁਆਇੰਟ ਬਣ ਗਏ ਆ, ਪਰ ਜੋ ਬਰਾਬਰੀ ਮੁੰਡਿਆਂ ਦੀ ਆ ਉਹ ਬਰਾਬਰੀ ਹਾਲੇ ਵੀ ਉਹ ਕਰ ਨਹੀਂ ਪਾ ਰਹੀਆਂ ਹੈਗੀਆਂ। ਕਿਉਂਕਿ ਜਿੱਦਾਂ ਰੋਜ਼ ਨਿੱਤ ਨਵਾਂ ਆਉਂਦਾ ਵਾ, ਭਰੂਣ ਹੱਤਿਆ 'ਤੇ ਆਈ ਜਾਂਦਾ ਵਾ, ਕਈ ਲੇਡੀਜ਼ ਨਾਲ ਅੱਤਿਆਚਾਰ ਹੋ ਰਿਹਾ ਵਾ, ਕਦੇ ਕਿਸੇ ਕੁੜੀ ਦਾ ਰੇਪ ਹੋ ਰਿਹਾ ਵਾ, ਆਪਾਂ ਨੂੰ ਕੁੜੀ ਨੂੰ ਇੰਨਾ ਕੁ ਮਤਲਬ ਉਹਦੇ 'ਤੇ ਡਿਪੈਂਡ ਨਹੀਂ ਹੋਣਾ ਚਾਹੀਦਾ ਕਿਸੇ ਨੂੰ, ਕਿਸੇ 'ਤੇ ਕੁੜੀ ਨੂੰ, ਕਿ ਇੰਨਾ ਕੁ ਸਟਰੋਂਗ ਬਣਾ ਦਿਓ ਕਿ ਆਉਣ ਵਾਲੇ ਸਮੇਂ ਦੇ ਵਿੱਚ ਖੁਦ ਕੁੜੀ ਆਪਣੇ 'ਤੇ ਡਿਪੈਂਡ ਹੋਵੇ, ਕਿਸੇ ਹੋਰ 'ਤੇ ਨਹੀਂ। ਬਾਕੀ ਜੋ ਜਿਹੜੀ ਗੱਲ ਤੁਸੀਂ ਕਹੀ ਆ ਕਿ ਅਗਰ ਆਪਾਂ ਜਿਹੜੀ ਗੱਲ ਕਰੀ ਜਨਰੇਸ਼ਨ ਦੇ ਰਿਲੇਟਡ ਲੈ ਕੇ ਜਾਂ ਕਿ ਜਿਹੜਾ ਤੀਜ ਦਾ ਤਿਉਹਾਰ ਮਨਾਇਆ ਜਾਂਦਾ, ਕਈਆਂ ਨੂੰ ਇਸ ਚੀਜ਼ ਦਾ ਨਹੀਂ ਪਤਾ ਵੀ ਤੀਜ ਦਾ ਤਿਉਹਾਰ ਮਨਾਇਆ ਕਿਉਂ ਜਾਂਦਾ ਵਾ, ਇਸ ਦਾ ਮਹੱਤਵ ਕੀ ਹੁੰਦਾ, ਤੁਸੀਂ ਕੀ ਕਹਿਣਾ ਚਾਹੋਗੇ? ਮਹੱਤਵ ਤਾਂ ਇਹਦੇ ਭਾਅ ਜੀ ਬਹੁਤ ਨਿਕਲਦੇ ਆ, ਜੇ ਸੋਚਿਆ ਜਾਵੇ ਬਹੁਤ ਮਹੱਤਵ ਨਿਕਲਦੇ ਆ, ਪਰ ਮੈਂ ਜੋ ਸੋਚਿਆ ਵਾ, ਮੈਂ ਤਾਂ ਇੱਕ ਇਹ ਸੋਚਿਆ ਵਾ ਕਿ ਜਿਹੜੀਆਂ ਕੁੜੀਆਂ ਨਵੀਆਂ ਵਿਆਹੀਆਂ ਨੇ ਜਾਂ ਇੱਥੇ ਦੀਆਂ ਮੇਰੀਆਂ ਸਹੇਲੀਆਂ ਭੈਣਾਂ ਪਿਛੜੀਆਂ ਹੋਈਆਂ ਨੇ ਜੋ ਵਿਛੜ ਚੁੱਕੀਆਂ ਨੇ, ਉਹ ਇੱਕ ਅਸੀਂ ਇੱਥੇ ਆ ਕੇ ਇਕੱਠੀਆਂ ਹੋ ਜਾਂਦੀਆਂ, ਤੀਜ ਦਾ ਤਿਉਹਾਰ ਮਨਾਉਣੀਆਂ ਵਾ, ਖੁਸ਼ੀ ਖੁਸ਼ੀ ਅਸੀਂ ਨੱਚਦੀਆਂ ਵਾ। ਪੇਕਿਆਂ ਦੇ ਪਿੰਡ ਆ, ਇਹ ਪੇਕਿਆਂ ਦਾ ਪਿੰਡ ਆ ਮੇਰਾ, ਔਰ ਮੈਂ ਸ਼ੁਰੂ ਤੋਂ ਇੱਥੇ ਤਕਰੀਬਨ ਹੁਣ ਦੀ ਨਹੀਂ, ਬਚਪਨ ਤੋਂ ਮੈਂ ਇਹੀ ਪਿੱਪਲ ਦੇ ਉੱਤੇ ਪੀਂਘ ਝੂਟਦੀ ਆਈ ਹਾਂ, ਔਰ ਇੱਥੇ ਹੀ ਖੇਡਦੀ ਆਈ ਹਾਂ, ਔਰ ਇੱਥੇ ਹੀ ਅੱਜ ਮੈਂ ਤੀਜ ਦਾ ਤਿਉਹਾਰ ਮਨਾ ਰਹੀ ਹਾਂ। ਇਸ ਦੀ ਮੈਨੂੰ ਬਹੁਤ ਖੁਸ਼ੀ ਆ ਕਿ ਅੱਜ ਮੈਂ ਆਪਣੇ ਪੇਕਿਆਂ ਦੇ ਪਿੰਡ ਤੀਜ ਦਾ ਤਿਉਹਾਰ ਮਨਾ ਰਹੀ ਹਾਂ। ਸੋ ਇਸੇ ਤਰ੍ਹਾਂ ਹੀ ਮਤਲਬ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਹੀ ਜਾਰੀ ਰੱਖੋਗੇ? ਹਾਂਜੀ, ਮੈਂ ਨਾਰੀ ਚੇਤਨਾ ਕਲੱਬ ਦੀ ਪ੍ਰਧਾਨ ਵੀ ਹਾਂ, ਔਰ ਮੈਂ NGO ਵੀ ਚਲਾਉਂਦੀ ਹਾਂ, ਔਰ ਇਹਦੇ ਵਿੱਚ ਮੈਂ ਤੀਜ ਦਾ ਤਿਉਹਾਰ ਇੱਥੇ ਤੀਜ ਦਾ ਤਿਉਹਾਰ ਵੀ ਮਨਾਉਂਦੀ ਹਾਂ, ਕੁੜੀਆਂ ਦੀ ਲੋਹੜੀ ਵੀ ਪਾਉਂਦੀ ਹਾਂ, ਛੋਟੀਆਂ ਕੁੜੀਆਂ ਦੀ ਭਰੂਣ ਹੱਤਿਆ ਦੇ ਪ੍ਰੋਗਰਾਮ ਕਰਾਉਂਦੀ ਹਾਂ, ਔਰ ਜੋ ਵੀ ਹੈ ਲੋਕਾਂ ਦੇ ਨਿੱਕੇ ਮੋਟੇ ਕੰਮ ਉਹ ਵੀ ਮੈਂ ਕਰਦੀ ਹਾਂ। ਤੁਸੀਂ ਨਾਰੀ ਚੇਤਨਾ ਕਲੱਬ ਦੇ ਮਤਲਬ ਪ੍ਰਧਾਨ ਹੋ, ਤਾਂ ਤੁਸੀਂ ਉਸਦੇ ਪ੍ਰਤੀ ਕੀ ਕਹਿਣਾ ਚਾਹੋਗੇ ਕਿ ਆਪਣੇ ਕਲੱਬ ਦੇ ਮੈਂਬਰਾਂ ਦੇ ਵੱਲੋਂ ਕੀ ਕਹਿਣਾ ਚਾਹੋਗੇ ਲੋਕਾਂ ਨੂੰ? ਮੇਰੇ ਜਿਹੜੇ ਕਲੱਬ ਦੇ ਮੈਂਬਰ ਆ, ਇਹਨਾਂ ਕੁੜੀਆਂ ਤਾਂ ਅਸੀਂ ਇਹੀ ਕਹਿਣਾ ਚਾਹਾਂਗੇ ਜਿਹੜੇ ਭਰੂਣ ਹੱਤਿਆ ਵਾ ਕੁੜੀਆਂ ਦੀ ਉਹ ਰੋਕੀ ਜਾਵੇ, ਔਰ ਨਹੀਂ ਕਰਨਾ ਚਾਹੀਦਾ ਹੈਗਾ, ਔਰ ਖੁਸ਼ੀ ਖੁਸ਼ੀ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ। ਸੋ ਇਹ ਸਨ ਜਿਹੜੇ ਕਿ ਨਾਰੀ ਚੇਤਨਾ ਏਕਤਾ ਕਲੱਬ ਦੇ ਪ੍ਰਧਾਨ ਸਿਮਰਨਜੀਤ ਕੌਰ ਸਿੰਮੀ ਜੀ, ਜਿਨ੍ਹਾਂ ਨਾਲ ਅਸੀਂ ਗੱਲਬਾਤ ਵੀ ਕੀਤੀ ਹੈ। ਸੋ ਤੀਜ ਦਾ ਤਿਉਹਾਰ ਮਨਾਇਆ ਜਾ ਰਿਹਾ ਜਿਹੜਾ ਕਿ ਜਮਾਲਪੁਰ ਦੇ ਵਿੱਚ ਡ੍ਰੀਮ ਪਾਰਕ ਦੇ ਵਿੱਚ ਜਿਹੜਾ ਕਿ ਤੀਜ ਦੇ ਤਿਉਹਾਰ ਨੂੰ ਮਨਾ ਰਹੇ ਨੇ, ਸੋ ਇਸ ਦੇ ਪਲੱਕਸ ਦੇ ਵਿੱਚ ਸੋ ਅਸੀਂ ਇਹਨਾਂ ਨਾਲ ਗੱਲਬਾਤ ਵੀ ਕੀਤੀ ਹੈ। ਸੋ ਇਸੇ ਤਰ੍ਹਾਂ ਹੀ ਅਸੀਂ ਫਿਰ ਹੋਰ